ਨਾਨਕ ਮਾਤਾ ਇੱਥੋਂ ਰਹਿ ਗਿਆ ਵਾ 4 ਕਿਲੋਮੀਟਰ ਡੈਮ ਆ ਗਿਆ ਵਾ ਹੁਣ ਅੱਗੇ ਬਹੁਤ ਵੱਡਾ ਡੈਮ ਬਣਵਾ ਲੈਂਦੇ ਆ ਹੈਂ ਪਿੱਛੇ ਉਹਦੇ ਉਹ ਚਲੇ ਗਏ ਬਾਕੀ ਆ ਸਾਹਮਣੇ ਪਹਾੜ ਹੀ ਪਹਾੜ ਆ ਸਾਹਮਣੇ ਪਹਾੜ ਆ ਪਰ ਲੇਕਿਨ ਧੁੰਦ ਕਰਕੇ ਵਿਖਣ ਨਹੀਂ ਦੇ ਬਾਕੀ ਅਸੀਂ ਇੱਥੇ ਰੁਕ ਗਏ ਆਪਣਾ ਬਲੌਗਰ ਚੈਨਲ ਸਬਸਕ੍ਰਾਈਬ ਕਰ ਲਓ ਇਹਦਾ ਕੀ ਆ ਕਰਨ ਗਿੱਲ ਵਲੌਗਸ ਕਰਨ ਗਿੱਲ ਵਲੌਗਸ ਕਿੱਧਰ ਚੱਲਿਆ ਨੰਨਾ ਇੱਥੋਂ ਕਿੱਥੋਂ ਰੁੜ ਜੂਗੀ ਉਹ ਕੀ ਆ ਗੁਰਦੁਆਰਾ ਤਾਰਕ ਮਹਿਤਾ ਸਾਹਿਬ ਪਹੁੰਚ ਗਏ ਆ ਤਾਰਕ ਮਹਿਤਾ ਦਾ ਸ਼ਹਿਰ ਗੁਰਦੁਆਰਾ ਬਸ ਆ ਗਏ ਨਾਲ ਹੀ ਗੁਰਦੁਆਰਾ ਗੁਰਦੁਆਰਾ ਨਾਨਕ ਮਾਤਾ ਸਾਹਿਬ ਆ ਗਏ ਆ ਬਾਇਕ ਇੱਥੇ ਪਾਰਕਿੰਗ ਕਰਤੀ ਚਲੀਏ ਤੁਸੀਂ ਕਿੱਧਰ ਚਲੇ ਗਏ ਸੀ ਬੋਰਡ ਬਾਰਡ ਕਿੱਥੇ ਲਾਉਣੇ ਯਾਰ ਚਲੋ ਡੀਕਨ ਦੇ ਚਲੋ 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 ਐਨੂੰ ਆਓ ਐਨੂੰ Thank you.
ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਦਰ ਕਿੱਥੇ ਗਿਆ ਸਤਿਗੁਰੂ ਨੇ ਬੇਅੰਤ ਰਹਿਮਤਾਂ ਬਖਸ਼ਿਸ਼ ਕੀਤੀਆਂ ਨੇ ਹਰ ਸਪਤਾਹ ਐਤਵਾਰ ਭਿੰਦਰ ਦਾ ਪਤਾ ਨੀ ਲੱਗਦਾ ਕਿੱਥੇ ਗਿਆ ਐਤਵਾਰ ਚ ਵੀ ਬੜੀ ਸ਼ਰਧਾ ਭਾਵਨਾ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਦੂਰੋਂ ਦੂਰੋਂ ਆ ਕੇ ਸਾਹਿਬ ਸ੍ਰੀ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਦਲ ਭੰਜਨ ਗੁਰਸੂਰਮਾ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਜੋੜੇ ਕਿਤੇ ਲਾੜ ਕੇ ਲਾ ਲਓ ਆਹ ਸਾਹਮਣੇ ਆਪਣੀਆਂ ਅਤੇ ਆਪਣੇ ਪਰਿਵਾਰਾਂ ਦੀਆਂ ਹਾਜ਼ਰੀਆਂ ਨਵਾਰੇ ਸਤਿਗੁਰੂ ਜੀ ਆਪਣੇ ਕਰੋ ਦਰਸ਼ਨ ਗੁਰਦੁਆਰਾ ਜੀ ਦੇ ਨਾਲ ਹਾਜ਼ਰੀਆਂ ਦਰਪਨ ਵਾਰ ਕਰਨ ਆਪਣੇ ਦਰੋ ਕਰੋ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ੀ ਕਰੋ ਦਰਸ਼ਨ ਮਿੱਤਰੋ ਹੱਥ ਧੋਲੀਏ ਕਰੋ ਦਰਸ਼ਨ ਆ ਪਿੱਪਲ ਦੇ ਪਿੱਪਲ ਸਾਹਿਬ ਇੱਧਰ ਆ ਜਾ ਪਹਿਲਾਂ ਨਾਨਕ ਮਾਤਾ ਸਾਹਿਬ ਦਾ ਇਤਿਹਾਸ ਪਿੱਪਲ ਦਾ ਵਿਰੋਧੀ ਪਾਰਟੀਆਂ ਪਰ ਜਾਣਾ ਗਿਆ ਵਿਰੋਧੀ ਪਾਰਟੀਆਂ ਦੀਵਾਨ ਜੰਤੂ ਇੱਕ ਪਾਸੇ ਸੋਚਦਾ ਸੀ ਕਿ ਭਿੰਦਰ ਦਾ ਤਾਂ ਪਤਾ ਨੀ ਲੱਗਾ ਕਿਤੇ ਚਲੇ ਗਿਆ ਤੇ ਇਸ਼ਨਾਨ ਕਰਾ ਦੇ ਮੱਥਾ ਵੀ ਟੇਕ ਲਿਆ ਹੁਣ ਆਪਾਂ ਮੁੰਡਾ ਵੇ 4 ਵੱਜ ਗਿਆ ਹੌਲੀ ਹੌਲੀ ਆਪਾਂ ਤਿਆਰੀ ਬਣਾਈ ਆ ਘਰ ਜਾਣ ਦੀ ਫੇਰ ਘਰ ਚੱਲੀਏ ਟਾਈਮ ਬਹੁਤ ਹੋ ਗਿਆ 2 ਘੰਟੇ ਦਾ ਰਾਹ ਆ ਗਿਆ ਨਾ ਸਫ਼ਰ 2 ਘੰਟੇ ਦਾ ਸਫ਼ਰ ਆ ਸਫ਼ਰ ਤੇ ਹੁਣ ਆਪਾਂ ਨੱਪੀਆਂ ਜਾਣੀਆਂ ਗੱਲੀਆਂ ਚਲੋ ਆਪਾਂ ਉਹ ਲੈਣਾ ਵਾ ਨਿਸ਼ਾਨ ਸਾਹਿਬ ਲੈਣਾ ਕਿਹਨੇ ਲੈਣਾ ਮੈਂ ਹੁਣ ਬੰਦਾ ਨਾ ਨਹੀਂ ਨਾਨਕ ਮਤਾ ਸਾਹਿਬ ਤੋਂ ਤੁਰ ਪਏ ਆ
ਹੋਰ ਕਿੱਥੇ ਜਾਣਾ ਹੁਣ, ਟਾਈਮ ਬਹੁਤ ਹੋ ਗਿਆ ਦਿਖਾਈ ਜਾਣਾ।